ਉਹ ਛੇਤੀ ਕਰ ਜੋ ਜੋ ਵੀ ਕੁਝ ਕਰਨਾ ਇੱਥੇ ਕਿਸੇ ਨੇ ਦੇਖ ਲਿਆ ਨਾ ਫਿਰ ਐ ਕਰੋ ਆ ਲੈ ਆ ਬੰਨਦੇ ਤੱਕ ਜਾ ਉੱਥੇ ਹਾਏ ਰੱਬਾ ਮੈਂ ਨਹੀਂ ਬੰਨਣਾ ਤੁਹਾਨੂੰ ਯਾਦ ਨਹੀਂ ਹੈਗਾ ਬਾਬੇ ਨੇ ਐ ਕਿਹਾ ਸੀ ਕਿ ਤੁਸੀਂ ਆਪਣੇ ਹੱਥਾਂ ਨਾਲ ਬੰਨਣਾ ਉੱਥੇ ਤੁਸੀਂ ਬੰਨ ਦੋ ਕੋਈ ਨਾ ਮੈਂ ਬੰਨ ਦਣਾ ਤੂੰ ਬੰਨਦੇ ਮੈਂ ਬੰਨਦੇ ਗੱਲ ਤਾਂ ਇੱਕੋ ਹੀ ਹੈ ਨਾ ਮੇਰੀ ਗੱਲ ਤਾਂ ਸੁਣਨੀ ਹੋਈ ਆ ਤਾਂ ਤੇਰੇ ਬਾਬੇ ਕਰਕੇ ਹਲੋ ਕਹਿਣਗੇ ਉਂ ਤਾਂ ਮਾਸਟਰ ਲੱਗਿਆ ਇਸ ਸਕੂਲ 'ਚ ਤੁਰੇ ਅੰਧ ਵਿਸ਼ਵਾਸਾਂ 'ਚ ਫਿਰਦਾ ਤੀਵੀਆਂ ਮਗਰ ਲੱਗ ਕੇ ਨਾ ਕੀ ਕੰਮ ਕਰਨੇ ਪੈਂਦੇ ਆ ਲੋਕ ਕੀ ਆਖਣਗੇ ਵੀ ਇਹੋ ਜਿਹੀ ਸਾਡੇ ਜਵਾਕਾਂ ਨੂੰ ਸਕੂਲ 'ਚ ਸਿੱਖਿਆ ਦੇਊਗਾ ਜਾਂ ਇਹੋ ਜਿਹਾ ਆਪ ਅੰਧਵਿਸ਼ਵਾਸਾਂ 'ਚ ਤੁਰਿਆ ਫਿਰਦਾ ਪਰ ਕੀ ਕਰੇ ਬੰਦਾ ਯਾਰ ਮਰਨੀ ਤਾਂ ਪੈਂਦੀ ਆ ਨਾ ਜਦੋਂ ਹੜਦੀਆਂ ਜੀ ਆ ਜਾਓ ਛੇਤੀ ਐਨ ਪੂਰੇ ਮਨ ਦੇ ਵਿੱਚ ਮੰਤਰ ਬੋਲਿਆ ਜਿਹੜਾ ਬਾਬੇ ਨੇ ਦੱਸਿਆ ਆਹੋ ਬੋਲਤਾ ਸੀ ਹੁਣ ਕਿਹੜੇ ਕਿਹੜੇ ਮੰਤਰ ਯਾਦ ਕਰਾਏਂਗੀ ਤੂੰ ਮੈਨੂੰ ਹੁਣ ਖਿੱਚਦੇ ਕਾਤੀ ਹੋ ਫਿਰ ਉਹ ਯਾਰ ਤੈਨੂੰ ਕਿਹਾ ਨਾ ਜਿਹੜਾ ਕੁਝ ਹਾਸਲ ਹੋਣਾ ਨਾ ਆ ਡਾਕਟਰ ਕੋਲੋਂ ਦਵਾਈ ਖਾ ਕੇ ਹੋਣਾ ਮੇਰੀ ਗੱਲ ਤੇਰੇ ਅੰਦਰ ਵਿਸ਼ਵਾਸਾਂ 'ਚ ਕੁਝ ਨਹੀਂ ਰੱਖਿਆ ਹੋਇਆ ਐ ਨਹੀਂ ਬੋਲੀਦਾ ਹੁੰਦਾ ਠੀਕ ਆ ਕਈ ਵਾਰੀ ਕਹਿੰਦੇ ਲੱਖ ਤੋਂ ਨਹੀਂ ਹੁੰਦਾ ਕੱਖ ਤੋਂ ਆ ਜਾਂਦਾ ਹੁੰਦਾ ਐਵੇਂ ਹੀ ਬੋਲੀ ਜਾਂਦੀ ਆ ਚੱਲ ਕੋਈ ਨਾ ਰਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਤੁਸੀਂ ਸਤਿ ਸ਼੍ਰੀ ਅਕਾਲ ਮੈਨੂੰ ਹੋਰ ਕਿਵੇਂ ਹੋਣਾ ਹੋਇਆ ਦਵਾਈ ਖਤਮ ਹੋ ਗਈ ਨਹੀਂ ਨਹੀਂ ਡਾਕਟਰ ਸਾਹਿਬ ਦਵਾਈ ਤਾਂ ਨਹੀਂ ਖਤਮ ਹੋਈ ਜੀ ਅੱਜ ਸਾਨੂੰ ਵੈਸੇ ਵੀ ਕੰਮ ਸੀਗਾ ਮੈਨੂੰ ਛੁੱਟੀ ਸੀ ਨਾਲੇ ਉਹ ਕੰਮ ਕਰਕੇ ਆਏ ਹਾਂ ਨਾਲੇ ਆਉਂਦੇ ਹੋਏ ਸੋਚਿਆ ਜੋ ਤੁਹਾਨੂੰ ਮਿਲ ਚੱਲੀ ਅੱਛਾ ਦਵਾਈ ਹੋਰ ਦੇਣੀ ਅੱਗੇ ਨਹੀਂ ਨਹੀਂ ਜੀ ਦਵਾਈ ਤਾਂ ਮੈਂ ਜਿਸ ਦਿਨ ਖਤਮ ਹੋਈ ਫਿਰ ਉਦੋਂ ਨਹੀਂ ਆ ਕੇ ਲੈ ਜੂੰਗਾ ਡਾਕਟਰ ਸਾਹਿਬ ਮੈਂ ਤਾਂ ਗੱਲ ਕਰਨ ਆਇਆ ਤੁਹਾਡੇ ਨਾਲ ਇਹ ਹਾਂ ਦੱਸੋ ਵੀ ਤੁਹਾਡੇ ਸਾਹਮਣੇ ਆ ਜੀ ਹੁਣ 2-2.5 ਮਹੀਨੇ ਹੋ ਗਏ ਦਵਾਈ ਖਾਈ ਜਾਂਦੇ ਨੂੰ ਹੈਂ ਫਰਕ ਜਿਹਾ ਤਾਂ ਕੋਈ ਲੱਗ ਨਹੀਂ ਰਿਹਾ ਜੀ ਅਤੇ ਨਾ ਹੀ ਕੋਈ ਰਵੀਦੀਪ ਪੜ੍ਹੇ ਲਿਖੇ ਹੋ ਤੁਸੀਂ ਤੁਹਾਨੂੰ ਪ੍ਰੋਬਲਮ ਪਤਾ ਕਿੱਡੀ ਵੱਡੀ ਹੈ ਮੈਡਮ ਚੱਕਰ ਇਹ ਆ ਵੀ ਤੁਹਾਨੂੰ ਘੱਟੋ ਘੱਟ 1 ਸਾਲ ਤਾਂ ਦਵਾਈ ਖਾਣੀ ਪੈਣੀ ਹੈ ਦੇਖ ਬਾਕੀ ਤੁਹਾਡੀ ਕਿਸਮਤ ਹੈ 6 ਮਹੀਨਿਆਂ 'ਚ ਵੀ ਸਰ ਜੇ ਤੁਹਾਡਾ ਨਹੀਂ 1 ਸਾਲ ਦਾ ਕੋਰਸ ਹੈ ਤੁਸੀਂ ਇਹ ਪੂਰਾ ਕਰੋ ਉਹ ਤੋਂ ਬਾਅਦ 'ਚ ਗੱਲ ਕਰਿਓ ਮੇਰੇ ਨਾਲ ਨਾਲੇ ਤੇਰੇ ਸਾਹਮਣੇ ਦੀ ਗੱਲ ਹੈ ਕਿੰਨੇ ਕੇਸ ਆਪਣੇ ਵੱਲੋਂ ਸੈੱਟ ਹੋਏ ਨੇ ਇੱਥੋਂ ਉਹ ਤਾਂ ਗੱਲ ਹੈ ਜੀ ਤਾਂ ਹੀ ਤਾਂ ਤੁਹਾਡੇ ਕੋਲ ਆਉਣੇ ਆ ਬਸ ਫਿਕਰ ਨਾ ਕਰੋ ਫਿਰ ਜਦੋਂ ਦਵਾਈ ਖਤਮ ਹੋ ਗਈ ਆ ਕੇ ਦੁਬਾਰੇ ਲੈ ਜਾਓ ਅਤੇ ਮੈਡਮ ਸੋਨੂੰ ਸੱਚ ਜਿਹੜੀਆਂ ਤਲੀਆਂ ਫਲੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਸੀ ਸਹੀ ਹੈ ਉਹ ਹਾਂਜੀ ਹਾਂਜੀ ਖਾ ਪੀ ਤਾਂ ਨਹੀਂ ਰਹੇ ਨਹੀਂ ਨਹੀਂ ਕੁਛ ਨਹੀਂ ਖਾਂਦੀ ਜੀ ਦਵਾਈ ਕੋਈ ਪ੍ਰੋਬਲਮ ਦਵਾਈ ਨਾਲ ਨਹੀਂ ਸਰ ਕੋਈ ਪ੍ਰੋਬਲਮ ਨਹੀਂ ਹੈਗੀ ਦਵਾਈ ਨਾਲ ਬਸ ਫਿਰ ਬੇਫਿਕਰ ਹੋ ਕੇ ਦਵਾਈ ਖਾਓ ਬਾਕੀ ਮੈਂ ਤਿਆਰ ਕਰ ਦੂੰ ਅੱਗੇ ਵਾਸਤੇ ਤੁਹਾਡੀ ਦਵਾਈ ਹੋਰ ਹੈ ਨਾ ਹਾਂਜੀ ਹਾਂਜੀ ਤੁਸੀਂ ਲੰਘਦੇ ਵੜਦੇ ਜਦੋਂ ਮਰਜ਼ੀ ਫੜ ਕੇ ਲੈ ਜਾਓ ਉਹ ਤਾਂ ਬਸ ਇੱਕ ਮੰਜਾ ਨਹੀਂ ਖੜਦਾ ਜੀ ਨਾਲੇ ਤੁਹਾਡੇ ਸਾਹਮਣੇ ਹੀ ਹੈ ਆਪਣੇ ਸਮਾਜ ਦੇ ਵਿੱਚ ਤਾਂ ਹੋਰ ਵੀ ਗੱਲਾਂ ਬੜੀਆਂ ਨੇ ਆ ਜਦੋਂ ਧਾਗੇ ਤਵੀਤਾਂ ਦੇ ਚੱਕਰਾਂ 'ਚ ਪੈਂਦੇ ਨੇ ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ ਲੁੱਟ ਹੈ ਠੀਕ ਹੈ ਵਿਸ਼ਵਾਸ ਰੱਖੋ ਦਵਾਈ ਖਾਓ ਦਵਾਈ ਨਹੀਂ ਹੱਲ ਕਰਨਾ ਹਾਂ ਉਹ ਤਾਂ ਹੈ ਜੀ ਠੀਕ ਹੈ ਚਲੋ ਠੀਕ ਹੈ ਡਾਕਟਰ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੋਣੇ ਜੀ ਓਕੇ ਠੀਕ ਹੈ ਸਰ ਚੱਕ ਕੋ ਜਾਂਦੇ ਆਂਦੇ ਅਮਰਜੀਤ ਨੂੰ ਸੁਨੇਹਾ ਲਾ ਦਿਓ ਹਾਂਜੀ ਉਹਨਾਂ ਦੀ ਵੀ ਨੂੰਹ ਦੀ ਮੈਡੀਸਨ ਮੈਂ ਤਿਆਰ ਕੀਤੀ ਪਈ ਹੈ ਉਹ ਲੈ ਜਾਣਗੇ ਹਾਂਜੀ ਹਾਂਜੀ ਉਹਨਾਂ ਦਾ ਸੁੱਕ ਨਾਲ ਬੱਚਾ ਵੀ 6 ਮਹੀਨਿਆਂ ਦਾ ਹੋ ਗਿਆ ਹੋਣਾ ਚਲੋ ਠੀਕ ਹੈ ਡਾਕਟਰ ਹਾਂ ਠੀਕ ਹੈ ਜੀ ਉੱਥੇ ਲਾ ਦਿੰਦੇ ਜੀ ਮੋਟਰਸਾਈਕਲ ਹੁਣ ਇੱਥੇ ਧੁੱਪੇ ਕਿਉਂ ਖੜਾਤਾ ਰੀਤ ਮੈਡਾ ਕੋਈ ਕੰਮ ਕਰਕੇ ਆਉਣਾ ਤਾਂ ਕਰਕੇ ਹੁਣ ਚੱਲਿਆ ਮੈਂ ਉੱਥੇ ਖੜਾ ਉਹਨੂੰ ਕੀ ਹੋਇਆ ਕੋਈ ਨਾ ਖੜਾ ਦੂੰਗਾ ਆ ਕੇ ਆਰਾਮ ਕਰ ਲਓ ਥੋੜਾ ਜਿਹਾ ਫੇਰ ਚਲੇ ਜਾਇਓ ਜਿੱਥੇ ਜਾਣਾ ਹਲੇ ਹੁਣ ਤਾਂ ਆਏ ਆ ਓਏ ਮਸਾਂ ਇੱਕ ਛੁੱਟੀ ਮਿਲਦੀ ਆ ਤੈਨੂੰ ਪਤਾ ਜਿਹਨੂੰ ਵਾਹਨ ਠੇਕੇ ਦੇ ਦਿੱਤਾ ਹੋਇਆ ਨਾ ਤੀਜੇ ਦਿਨ ਮੈਨੂੰ ਫੋਨ ਕਰਕੇ ਕਹਿੰਦੇ ਆ ਅੱਜ ਬਾਈ ਮੋਟਰ ਦਾ ਪਾਣੀ ਘਟ ਗਿਆ ਅੱਜ ਮੋਟਰ ਖਰਾਬ ਹੋ ਗਈ ਅੱਜ ਐਂ ਹੋ ਗਿਆ ਜੇ ਆਪ ਖੇਤ ਗੜਾ ਆਪ ਮਾਰਦੇ ਰਹੀਏ ਨਾ ਤਾਂ ਘੱਟੋ ਘੱਟ ਮਾਲਕੀਅਤ ਬਣੀ ਰਹਿੰਦੀ ਆ ਨਹੀਂ ਤਾਂ ਅਗਲਾ ਐਂ ਸਮਝਣ ਲੱਗ ਪੈਂਦਾ ਵੀ ਤਾਂ ਸਾਡਾ ਹੀ ਆ ਚੰਗਾ ਠੀਕ ਆ ਜਾ ਆਓ ਤੁਸੀਂ ਕਿਹੜਾ ਮੰਨਣਾ ਮੈਂ ਇੰਨੇ ਟਾਈਮ ਕਿੱਥੇ ਲਾਤਾ ਉਹ ਬੇਬੇ ਜਿੱਥੇ ਟਾਈਮ ਲੱਗਿਆ ਨਾ ਉੱਧਰ ਹੀ ਨੂੰਹ ਨੂੰ ਹੀ ਪਤਾ ਤੇ ਕਿਉਂ ਲੱਗਿਆ ਉਹ ਵੀ ਇਹਨੂੰ ਪਤਾ ਇਹ ਤੂੰ ਪੁੱਛ ਲੈ ਉਹਨੂੰ ਸਾਰੀ ਇੰਟਰਵਿਊ ਚੰਗਾ ਠੀਕ ਆ ਤੁਸੀਂ ਜਾ ਆਓ ਕੋਈ ਨਾ ਐਵੇਂ ਹੀ ਬੋਲਦੇ ਰਹਿੰਦੇ ਆ ਨਾਲੇ ਮੇਰੇ ਉਹਦੇ ਨੂੰ ਨਾ ਰੋਟੀ ਰੋਟੀ ਬਣਾ ਕੇ ਰੱਖ ਲਈ ਦੁਪਹਿਰੇ ਭੁੱਖ ਲੱਗਦੀ ਆ ਰੋਟੀ ਬਣਾ ਲੈਨੇ ਆ ਜੀ ਨਹੀਂ ਪੁੱਤ ਇੰਨਾ ਘਬਰਾਟ ਕਿਉਂ ਕਰ ਖੈ ਨੇ ਬੀਬੀ ਤੈਨੂੰ ਪਤਾ ਹੀ ਆ ਮੈਂ ਤਾਂ ਨਾ ਉੱਥੇ ਚਲੀ ਗਈ ਸੀਗੀ ਉੱਥੇ ਆਪਣਾ ਨਹਿਰ ਤੇ ਉਦਣੇ ਆਪਣੇ ਇੱਥੇ ਪਾਂਡਾ ਨਹੀਂ ਫਿਰਦਾ ਸੀ ਉਹਨੇ ਕਿਹਾ ਸੀਗਾ ਗ੍ਰਹਿ ਭਾਰੀ ਚੱਲਦੇ ਆਗੇ ਕੋਈ ਮਾੜਾ ਮੋਟਾ ਦਾਨ ਪੁੰਨ ਕਰਿਆ ਕਰੋ ਮੈਂ ਤਾਂ ਉੱਥੇ ਨਾ ਆਹ ਨੂੰ ਮੱਛੀਆਂ ਨੂੰ ਦਾਣਾ ਦੂਣਾ ਪਾਉਣ ਚਲੀ ਗਈ ਬਸ ਇਹਨਾਂ ਨੂੰ ਮੈਂ ਕਿਹਾ ਤੁਸੀਂ ਆਹ ਬੰਨ ਦਿਓ ਜਿਹੜਾ ਉਹਨੇ ਕਿਹਾ ਸੀ ਪਿੱਪਲ ਨਾਲ ਬਸ ਇੰਨੇ 'ਚ ਖਿੱਚ ਗਏ ਤੈਨੂੰ ਪਤਾ ਤਾਂ ਹੈਗਾ ਉੱਥੋਂ ਬੰਦੇ ਕਿੱਥੇ ਮੰਨਦੇ ਨੇ ਸਾਡੇ ਪਰੇ ਹੋਰ ਗੱਲਾਂ ਮੈਨੂੰ ਐਂ ਦੱਸ ਡਾਕਟਰ ਕੀ ਕਹਿਣ ਸੀਗਾ ਡਾਕਟਰ ਨੇ ਕੀ ਕਹਿਣਾ ਬੀਬੀ ਡਾਕਟਰ ਤਾਂ ਕਹਿੰਦਾ 1 ਸਾਲ ਪੂਰਾ ਦਵਾਈ ਖਾਣੀ ਪੈਣੀ ਆ ਫਿਰ ਜਾ ਕੇ ਕਿਤੇ ਕੋਈ ਰਿਜ਼ਲਟ ਨਿਕਲੂਗਾ ਜੇ ਸੱਚ ਪੁੱਛਦੀ ਆ ਨਾ ਬੀਬੀ ਮੇਰਾ ਤਾਂ ਗੋਲੀਆਂ ਖਾ ਖਾ ਕੇ ਮਨ ਅੱਕਿਆ ਪਿਆ ਗਾ ਹੁਣ ਤਾਂ ਜਮਾਂ ਨਹੀਂ ਖਾਣ ਨੂੰ ਜੀ ਕਰਦਾ ਗੋਲੀਆਂ ਤੇ ਇਹ ਕਿਹੜਾ ਚਾਉ ਨੂੰ ਖਾਣੀ ਹੈਗੀ ਆਪਦੇ ਉਸ ਨੂੰ ਖਾਣੀ ਹੈਗੀ
ਵਿਚਾਰਾ ਨਿਆਣਾ ਹੋ ਜਾਊਗਾ। ਮੈਨੂੰ ਵੀ ਆਈ ਆ ਬੀਬੀ ਵੀ ਚੱਲ ਰੱਬ ਛੇਤੀ ਸੁਣ ਲਵੇ, ਨਹੀਂ ਖਾਣੀਆਂ ਤਾਂ ਬਹੁਤ ਔਖੀਆਂ ਲੱਗਦੀਆਂ ਨੇ। ਚੱਲ ਦੇਖਦੇ ਆ ਕੋਈ ਨਾ ਪਰਮਾਤਮਾ ਕਦੋਂ ਸੁਣਦਾ। ਆ ਕੀ ਕਰਦੇ ਸੀ ਤੁਸੀਂ? ਸਬਜ਼ੀ ਧਰਖੀ ਆ ਪੁੱਤ, ਮਾ ਚੱਲ ਤੜਕਾ ਲਾ ਦਾਂਗੇ। ਚੱਲ ਕੋਈ ਨਾ, ਮੈਂ ਲਾਉਣੀ ਆ ਤੜਕਾ। ਯਾਰ ਇਹ ਕੰਪਿਊਟਰ ਕਰਾ ਜਾ ਲਾਇਆ ਹੁੰਦਾ ਨਾ, ਇੱਧਰ ਵੀ ਲੋਟ ਰਹਿੰਦਾ, ਇੱਧਰ ਤਾਂ ਪਾਣੀ ਚੜ੍ਹਦੇ ਨਹੀਂ ਹੈਗਾ। ਲੈ ਮਾਸਟਰ ਤੁਰਿਆ, ਐਤਵਾਰ ਨੂੰ ਇਹਨੂੰ ਵੀ ਨਹੀਂ ਟੇਕ ਹੈਗੀ, ਹੁਣ ਮੇਰੇ ਤੇ ਗਰਦੌਰੀਆਂ ਕਰੂ। ਇੱਧਰ ਨਾ ਛੋਲੇ ਇਹਨੂੰ। ਸਤਿ ਸ਼੍ਰੀ ਅਕਾਲ ਮਾਸਟਰ ਸਾਹਿਬ। ਕੀ ਜੀ ਬੋਲੀ ਜਾਂਦਾ? ਤਗੜੇ ਹੋ? ਵਧੀਆ ਵਧੀਆ ਸੰਗਤ, ਤੂੰ ਸੁਣਾ ਠੀਕ ਹੈ? ਟੇਕ ਟੂਕ ਜੀ ਤੁਹਾਨੂੰ ਵੀ ਨਹੀਂ ਹੈਗੀ ਹੈ ਨਾ ਜੀ? ਉਹ ਛੋਟੇ ਭਾਈ ਟੇਕਾਂ ਕਾਹਦੀਆਂ ਨੇ, ਮੈਂ ਤੈਨੂੰ ਪਤਾ ਹੀ ਹੈ ਉੱਥੇ ਜਵਾਕਾਂ ਨਾਲ ਬੀਜੀ ਹੋਣਾ, ਸਕੂਲ 'ਚ 6 ਦਿਨ ਤਾਂ, 7ਵੇਂ ਦਿਨ ਜਰ ਘਰੇ ਆ ਕੇ ਜੀ ਜਾਣ ਲੱਗਦਾ ਹੈਗਾ। ਸੋਚੀ ਤਾਂ ਚੱਲ ਖੇਤ ਗੇੜਾ ਮਾਰੇ ਆਈਏ, ਨਾਲ ਕੋਈ ਪਤਾ ਕਰੀਏ ਕੋਈ ਦੁੱਖ ਤਕਲੀਫ ਤਾਂ ਨਹੀਂ। ਅੱਜ ਕਿਹੜੇ ਪਾਸੇ ਜਾਂਦੇ ਸੀਗੇ ਭਰਜਾਈ ਨਾਲ? ਉਹ ਤਾਂ ਯਾਰ ਸ਼ਹਿਰ ਜਾਂਦਾ ਸੀ ਦਵਾਈ ਜੀ ਲੈਣ ਵਾਸਤੇ। ਦਵਾਈ? ਅੱਛਾ ਅੱਛਾ। ਆਹ ਤੇਰਾ ਬੜਾ ਕੰਮ ਔਖਾ ਹੋਇਆ ਮਾਸਟਰ ਸਾਹਿਬ, ਤੇਰੇ ਨਾਲ ਨੂੰ ਜਿਨ੍ਹਾਂ ਦੇ ਵਿਆਹ ਹੋਏ ਸੀ 2-2 ਜਵਾਕ ਨੇ। ਆਲਾ ਮੇਰੀ ਦੇਖ ਲਾ, ਤੇਰੇ ਤੋਂ 1 ਸਾਲ ਬਾਅਦ ਹੋਇਆ ਸੀ ਵਿਆਹ, 2 ਜਵਾਕ ਤਾਂ ਮੇਰੇ ਨੇ। ਤੂੰ ਦੇਖ ਲਾ, ਚੈੱਕ ਕਰਾ ਲਾ ਕਿਤੇ ਤੇਰੇ 'ਚ ਹੀ ਨਾ ਕੋਈ ਘੱਟ ਹੋਵੇ। ਉਹ ਰਹਿਣ ਦੇ ਸੰਗਤ, ਤੂੰ ਤੂੰ ਐਂ ਦੱਸ ਮੋਟਰ ਠੀਕ ਚੱਲਦੀ ਹੈ? ਆਹ ਮੋਟਰ ਦੀ ਫਿਕਰ ਕਾਹਨੂੰ ਕਰਦੇ ਹੋ ਜੀ ਤੁਸੀਂ? ਤੁਸੀਂ ਫਿਕਰ ਕਰੋ ਕੋਈ ਜ਼ਮੀਨ ਨੂੰ ਸਾਂਭਣ ਵਾਲੇ ਦੀ, ਕੋਈ ਉਹਨੂੰ ਜੰਮਲਾ ਆਪਣਾ ਵਾਹ ਕਰ ਕਰ ਜ਼ਮੀਨਾਂ ਤੂੰ ਸੁੱਟੀ ਜਾਂਦਾ, ਕੋਈ ਇਹਨੂੰ ਸਾਂਭਣ ਵਾਲਾ ਵੀ ਚਾਹੀਦਾ ਕਿ ਨਹੀਂ? ਕੋਈ ਨਾ, ਜੇ ਜ਼ਮੀਨਾਂ ਬਣਾ ਸਕਦਾ ਨਾ ਤਾਂ ਇਹਨਾਂ ਦਾ ਵਾਰਸ ਵੀ ਆ ਜੂਗਾ, ਜਿੱਦੋਂ ਰੱਬ ਨੇ ਚਾਹਿਆ ਤਾਂ। ਤੂੰ ਵਾਲੀ ਫਿਕਰ ਨਾ ਕਰਿਆ ਕਰੇ ਮੈਂ। ਫਿਕਰ ਤਾਂ ਮਾਸਟਰ ਜੀ ਹੋ ਹੀ ਜਾਂਦੀ ਆ, ਜਦੋਂ 7 ਚੋਂ ਲੰਘਦੀ ਨਾ ਭਰਜਾਈ, ਲੋਕ 100 ਗੱਲਾਂ ਕਰਦੇ ਨੇ। ਉਹਦੇ ਵਿੱਚੋਂ ਇੱਕ ਗੱਲ ਇਹ ਵੀ ਕਹਿੰਦੇ ਨੇ ਵੀ ਭਰਜਾਈ ਤਾਂ ਗੁਲਗੁਲੇ ਵਰਗੀ ਪਈ ਆ, ਮਾਸਟਰ ਜੀ ਨਹੀਂ ਕਣਕਣ ਦਾ ਹੈਗਾ। ਕੀ ਬੋਲੀ ਜਾਂਦਾ ਤੂੰ? ਉਹ ਮੈਂ ਕਾਹਨੂੰ ਬੋਲਦਾ ਮਾਸਟਰ ਜੀ, ਲੋਕ ਬੋਲਦੇ ਨੇ, ਗੌਰ ਕਰੋ। ਜਾਣਦਾ ਮੈਂ ਲੋਕ ਕੀ ਕਹਿੰਦੇ, ਨਾਲੇ ਤੂੰ ਕੀ ਕਹਿਣਾ, ਚੁੱਪ ਕਰਕੇ ਕੰਮ ਕਰ ਲੈ ਆਪਦਾ। ਕਰੀ ਜਾਂਦੇ ਇਸ ਦਾ ਕੰਮ, ਤੁਸੀਂ ਆਪਦਾ ਕੰਮ ਕਰੋ, ਅਸੀਂ ਆਪਦਾ ਕਰੀ ਜਾਂਦੇ ਹਾਂ। ਇਹਨੂੰ ਵੀ ਫਲ ਨੂੰ ਬੈਂਡੇ ਜਾਂ ਨਾ, ਗੱਲਾਂ ਆਉਣ ਲੱਗੀਆਂ ਪਈਆਂ। ਆ ਗਏ ਰਵੀ ਤੁਸੀਂ? ਆ ਰਹੀ ਤਾਂ ਆਉਣਾ ਹੀ ਸੀਗਾ। ਐਂ ਕਰੋ, ਹੱਥ ਪੈਰ ਧੋ ਲਓ ਤੇ ਮੈਂ ਰੋਟੀ ਪਾ ਕੇ ਲਿਆਉਣੀ ਆ। ਉਹ ਨਹੀਂ ਨਹੀਂ ਯਾਰ, ਮੈਂ ਨਹੀਂ ਰੋਟੀ ਖਾਣੀ ਹੈਗੀ, ਤੂੰ ਖਾ ਲੈ ਜੇ ਤੇਰਾ ਜੀ ਕਰਦਾ, ਨਾਲੇ ਤੂੰ ਤਾਂ ਖਾਣੀ ਹੋਈ ਹੈ, ਤੂੰ ਤਾਂ ਦਵਾਈ ਵੀ ਲੈਣੀ ਹੋਊਗੀ, ਮੈਨੂੰ ਤਾਂ ਭੁੱਖ ਜੀ ਮਰ ਗਈ। ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਵੀ, ਤੁਹਾਡੇ ਬਿਨਾਂ ਮੈਂ ਕਦੇ ਰੋਟੀ ਖਾਧੀ ਅੱਜ ਤੱਕ? ਨਾਲੇ ਮੇਰੀ ਗੱਲ ਸੁਣੋ, ਐਵੇਂ ਦਿਲ ਹੌਲਾ ਨਾ ਕਰੋ। ਆ ਗਵਾਂਢੀਆਂ ਦੀ ਬਹੂ ਆਈ ਹੋਈ ਹੈਗੀ ਇਹਨਾਂ ਦੀ ਮਾਸੀ ਦੀ ਨੂੰਹ, ਉਹ ਦੱਸਦੀ ਸੀ ਇੱਥੇ ਆਪਣੇ ਪਿੰਡ ਹੀ ਨਾ ਕੋਈ ਬਾਬਾ ਹੈਗਾ, ਕਹਿੰਦੀ ਬਹੁਤ ਕਰਨੀ ਵਾਲਾ ਹੈਗਾ, ਉੱਥੋਂ ਜਦੋਂ ਝੋਲੀ 'ਚ ਫਲ ਪਾਉਂਦਾ ਗਾ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਬੱਚਾ ਨਾ ਹੋਵੇ। ਕੋਈ ਨਾ, ਆਪਾਂ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ, ਦਵਾਈ ਵੀ ਖਾ ਹੀ ਰਹੇ ਹਾਂ ਆਪਾਂ। ਰੀਤ ਦੇਖ, ਐਡੀਆਂ ਬਾਬੇ ਬੂਬੇ ਵਾਲੀਆਂ ਗੱਲਾਂ ਨਾ, ਤੂੰ ਆਪ ਹੀ ਜਾਇਆ ਕਰ, ਆ ਬੇਬੇ ਨੂੰ ਲੈ ਜਾ ਕਰ, ਵਿਹਲੀ ਹੁੰਦੀ ਆ। ਮੇਰੇ ਇਹ ਗੱਲਾਂ ਸਮਝੋ ਬਾਹਰ ਨੇ, ਨਾ ਮੇਰਾ ਇਹਨਾਂ ਗੱਲਾਂ 'ਚ ਯਕੀਨ ਹੈਗਾ ਅਤੇ ਨਾ ਮੈਂ ਕਰ ਸਕਦਾ, ਬਸ ਤੈਨੂੰ ਹੈਗਾ, ਤੂੰ ਆਪਦਾ ਜਾਇਆ ਕਰ, ਤੈਨੂੰ ਮੈਂ ਰੋਕਦਾ ਨਹੀਂ ਹੈਗਾ। ਮੈਂ ਵੀ ਆਪਣੇ ਲਈ ਕਹਿ ਰਹੀ ਹਾਂਗੀ। ਜੇ ਆਪਣੇ ਲਈ ਕਹਿਣੀ ਹੈ ਨਾ ਤਾਂ ਕੱਲ੍ਹ ਨੂੰ ਬੇਬੇ ਨੂੰ ਲੈ ਜਾਈ, ਠੀਕ ਹੈ? ਚੱਲ ਚੰਗਾ, ਮੇਰਾ ਮੂਡ ਖਰਾਬ ਹੈ ਹੁਣ, ਤੂੰ ਜਾ ਰੋਟੀ ਰੋਟੀ ਖਾ ਲੈ ਜਾ ਕੇ, ਨਾਲੇ ਦਵਾਈ ਦਵੀ ਲੈ ਲੈਂਦੇ ਹਨ। ਮੂਡ ਨਾ ਖਰਾਬ ਕਰੋ, ਰੋਟੀ ਖਾ ਲਓ, ਫਿਰ ਮੈਂ ਰੋਟੀ ਵੀ ਖਾਊਂਗੀ ਤੁਹਾਡੇ ਨਾਲ ਹੀ ਤੇ ਫਿਰ ਬਾਅਦ ਵਿੱਚ ਦਵਾਈ ਲਊਂਗੀ। ਕੋਈ ਨਾ, ਜਾ ਪਾ ਲਿਆ ਫਿਰ। ਚੰਗਾ। ਇਹ ਵੀ ਨਾ ਇੱਕ ਗੱਲ ਦੇ ਬਾਅਦ ਹੀ ਪੈ ਜੂਗੀ, ਨਾਲੇ ਕਿਹਾ ਮੈਂ ਚੰਗਾ ਭਲਾ ਵੀ ਮੈਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਪਰ ਯਾਰ ਇਹ ਵੀ ਤਾਂ ਮੇਰੀਆਂ ਖੁਸ਼ੀਆਂ ਵਾਸਤੇ ਕਰਦੀ ਆ, ਸਾਡੇ ਘਰ ਦੀਆਂ ਖੁਸ਼ੀਆਂ ਵਾਸਤੇ। ਮੈਂ ਵੀ ਐਵੇਂ ਗੁੱਸੇ ਹੋਈ ਜਾਂਦਾ, ਜਿਨ੍ਹਾਂ ਸਾਲਿਆਂ ਦੇ ਗੁੱਸੇ ਹੋਣਾ ਉਹਨਾਂ ਮੇਰੇ ਕੋਲ ਫਾਲ ਨਹੀਂ ਪਊ, ਭੋਗੇ ਵੀ ਕੀ ਜਦੋਂ ਰੱਬ ਹੀ ਵੈਰੀ ਹੋ ਰਿਹਾ। ਬੀਬੀ ਚੀਰ ਲਿਆ ਧਨੀਆ? ਹਾਂ ਚੀਰ ਲਿਆ ਪੁੱਤ। ਮੈਂ ਕਹਿੰਦੀ ਸੀਗੀ ਬਾਕੀ ਕੰਮ ਨਾ ਬਾਅਦ ਵਿੱਚ ਆ ਕੇ ਕਰਾਂਗੇ, ਪਹਿਲਾਂ ਆਪਾਂ ਕਿੱਥੇ ਜਾ ਕੇ ਆਉਣਾ? ਕਿੱਥੇ ਜਾਣਾ ਪੁੱਤ? ਮੈਨੂੰ ਨਾ ਕਿਸੇ ਨੇ ਦੱਸ ਪਾਈ ਸੀ ਵੀ ਆਪਣੀ ਉੱਧਰ ਵਾਟਰ ਬਾਕਸ ਬੰਨੀ ਉੱਥੇ ਉਹ ਨਹੀਂ ਹੈਗੀ ਜਗ੍ਹਾ ਬਣੀ ਹੋਈ ਆ, ਉੱਥੇ ਬਾਬਾ ਬੈਠਾ ਗਾ ਕੋਈ, ਕਹਿੰਦੇ ਬਹੁਤ ਕਰਨੀ ਵਾਲਾ ਗਾ, ਆਪਾਂ ਉਹਦੇ ਕੋਲ ਜਾ ਕੇ ਆਉਣਾ। ਪੁੱਤ ਮੈਂ ਤਾਂ ਕਿਸੇ ਕੋਲ ਗਈ ਨਹੀਂ ਨਾ, ਮੈਨੂੰ ਪਤਾ। ਬੀਬੀ ਮੇਰੀ ਗੱਲ ਸੁਣ, ਮੈਂ ਕਿਹੜਾ ਸ਼ੌਕ ਨੂੰ ਜਾਂਦੀ ਹਾਂ, ਮੈਨੂੰ ਵੀ ਆਏ ਆ ਨਾ, ਕੀ ਪਤਾ ਕਿਹੜੇ ਦਰ ਤੋਂ ਝੋਲੀ ਖੈਰ ਪੈ ਜਾਵੇ, ਤਾਂ ਮੈਂ ਹਰ ਦਰ ਦਰ 'ਤੇ ਠੋਕਰਾਂ ਖਾਂਦੀ ਹੈਗੀ, ਆਪਣੇ ਘਰ ਲਈ ਜਾਣਾ। ਮੈਂ ਧਨੀਆ ਪਾ ਦਿੰਦੀ ਹਾਂ, ਆਪਾਂ ਜਾ ਆਉਂਦੇ ਹਾਂਗੇ, ਠੀਕ ਆ? ਠੀਕ ਆ ਪੁੱਤ। ਹਾਂ ਅਤੇ ਨਾਲੇ ਮੈਂ ਪੈਸੇ ਚੱਕ ਲਵਾਂ, ਮੱਥਾ ਵੀ ਟੇਕਣਾ ਪਊਗਾ। ਚੰਗਾ ਚੱਕ ਲੈ। ਲੈ ਬੀਬੀ ਬਾਬਾ ਮਿਲ ਜਾਵੇ, ਮੈਂ ਤਾਂ ਬਹੁਤ ਆਸ ਲੈ ਕੇ ਆਈ ਹਾਂਗੀ। ਨਹੀਂ ਪੁੱਤ ਸਿੱਧੀ ਨਹੀਂ, ਤੂੰ ਤਾਂ ਸਭ ਕੁਛ ਹੀ ਹੈ, ਹੋਰ ਕੀ ਹੈਗਾ ਜੇ ਮਿਰਜ਼ੇ ਚੱਲ।
ਆਹੀ ਰਾਹ ਨਾ ਪੁੱਤਾ। ਓਏ ਹਾਂ ਸੰਗਤ ਚੇਲਿਆ, ਓਏ ਇੱਥੇ ਕਿਹੜੇ ਯਾਰ, ਕੋਈ ਨਹੀਂ ਆਇਆ, ਮਹੀਨਾ ਹੋ ਗਿਆ ਮੈਨੂੰ ਬੈਠੇ ਨੂੰ ਉਰੇ। ਮੈਨੂੰ ਤਾਂ ਲੱਗਦਾ ਅੱਜ ਕੱਲ੍ਹ ਲੋਕ ਸਿਆਣੇ ਜ਼ਿਆਦਾ ਹੋ ਗਏ, ਆਪਣੇ ਲੋਕਾਂ 'ਤੇ ਭਰੋਸਾ ਕਰਨਾ ਛੱਡਤਾ ਹੁਣ ਇਹਨਾਂ ਨੇ। ਆਹੋ ਦੇਖਦਾ ਜੇ ਕੋਈ ਆਇਆ ਚੇਲਾ ਚੱਲ ਚੱਪਟਾ ਤਾਂ ਠੀਕ ਆ, ਨਹੀਂ ਡੇਰੇ ਕਿਤੇ ਹੋਰ ਲਾਵਾਂਗੇ। ਡਰ ਲੱਗਦਾ ਹੈਗਾ, ਬਾਅਦ 'ਚ ਗੱਲ ਕਰਦਾ, ਲੱਗਦਾ ਸੰਗਤ ਆ ਗਈ। ਤੂੰ ਚੜ੍ਹ ਜਾ ਡਿੱਗ ਜਾਏਗੀ। ਜੈ ਸੰਤਾਂ ਦੀ, ਜੈ ਸੰਤਾਂ ਦੀ, ਜੈ ਹੋ ਬਾਬਾ ਤੇਰਾ, ਜੈ ਹੋ ਬੱਚਾ, ਬੋਲੋ ਜੈ ਸੰਤਾਂ ਦੀ, ਬਾਬਾ ਜੀ ਪੈਰੀ ਪੈਣੀ ਆ, ਜੈ ਸੰਤਾਂ। ਆ ਬੱਚਾ ਕਿਵੇਂ ਆਣਾ ਹੋਇਆ? ਬਾਬਾ ਜੀ ਮੈਂ ਤਾਂ ਘਰ ਉੱਤਦੀ ਆਈ ਆ, ਮੇਰੀ ਨੂੰਹ ਨੂੰ 3 ਸਾਲ ਹੋ ਗਏ, ਬੱਚਾ ਨਹੀਂ ਹੋਇਆ ਹੈਗਾ। ਓਹੋ 3 ਸਾਲ ਹੋ ਗਏ? ਹਾਂ ਬਾਬਾ। ਬੱਚਾ ਸੁੱਖਾ ਸਿਰੀਆਂ ਦੇ ਰੱਖੀਆਂ ਸਾਰੀਆਂ? ਬਾਬਾ ਸਾਰੀਆਂ ਦੇ ਦੇ, ਸੁੱਖ ਸਿਰੀਆਂ ਕਾਸੇ ਦੀ ਘਾਟ ਨਹੀਂ ਰੱਖੀ ਹੈਗੀ। ਕੋਈ ਭੁੱਲ ਤਾਂ ਨਹੀਂ ਹੋ ਰਹੀ? ਨਾ ਨਾ, ਮੈਨੂੰ ਧਿਆਨ ਲਾਣ ਦਿਓ। ਜੈ ਬੱਚਾ, ਭੁੱਲ ਦਿਖ ਰਹੀ ਆ ਕੋਈ? ਭੁੱਲ ਹੋਈ ਹੋਈ ਆ ਤੁਹਾਡੇ ਤੋਂ? ਬਾਬਾ ਜੀ ਤੁਸੀਂ ਦੱਸੋ। ਮੇਰੀ ਸੁਣੋ ਗੱਲ ਬੀਬੀ, ਬੱਚਾ ਤਾਂ ਹੋਜੂ। ਅੱਛਾ ਬਾਜੀ, ਮੈਂ ਬਣਾਉਣਾ ਭੂਵੱਤੀ, ਉਹ ਖਾਣੀ ਪੈਣੀ ਆ ਤੁਹਾਨੂੰ। ਭਾਈ ਪੁੱਤ ਖਾ ਲੇਗੀ? ਹਫ਼ਤੇ ਦੀ ਆ 1100 ਰੁਪਏ ਦੀ, ਪਰ ਗੱਲ ਸੁਣੋ ਵੱਧ ਖਾਣੀ ਪੈਣੀ ਆ। ਐ ਨੀ ਪਤਾ ਤੁਹਾਡਾ ਤੁਹਾਡਾ ਭਲਾ ਕਰਦੇ, ਹਫ਼ਤੇ ਜੀ ਜੇ ਬਾਬੇ ਦੀ ਹੋ ਜੇ। ਕੋਈ ਗੱਲ ਨਹੀਂ ਬਾਬਾ ਜੀ, ਖਾ ਲੂੰਗੀ ਮੈਂ, ਬਸ ਝੋਲੀ ਖੈਰ ਪੈਣੀ ਚਾਹੀਦੀ ਆ। ਬੱਚਾ ਚਿੰਤਾ ਹੀ ਨਾ ਕਰ, ਹੁਣ ਸਹੀ ਟਿਕਾਣੇ ਪਹੁੰਚ ਗਈ ਆ ਤੂੰ, ਲੈ ਕੱਢੋ ਪੈਸੇ। ਬਾਬਾ ਜੀ ਬਹੁਤ ਸੁਣਿਆ ਤੁਹਾਡੇ ਬਾਰੇ, ਸੱਚੀ ਮੇਰੇ ਤਾਂ ਨਾ ਇੱਕ ਮਨ 'ਚ ਆਸ ਜੀ ਵੱਜ ਗਈ ਵੀ ਕੀ ਪਤਾ ਪਰਮਾਤਮਾ ਸੁਣੀ ਲਵੇ, ਰੱਬ ਦੇ ਰੂਪ ਹੁੰਦੇ ਹੋਗੇ ਤੁਸੀਂ। ਕੀ ਕਰਨਾ ਕਰ ਬੱਚਾ। ਕੋਈ ਗੱਲ ਨਹੀਂ ਬਾਬਾ ਜੀ, ਤੁਸੀਂ ਜਿੰਨੇ ਪੈਸੇ ਕਹਿੰਦੇ ਹੋ ਅਸੀਂ ਓਨੇ ਹੀ ਦੇਵਾਂਗੇ, ਪਰ ਇਸ ਟਾਈਮ ਤਾਂ ਅਸੀਂ ਬਾਬਾ ਜੀ ਪੈਸੇ ਲੈ ਕੇ ਨਹੀਂ ਆਏ, ਬਸ ਇਸ ਤਾਂ ਮੱਥਾ ਟੇਕਣ ਜੋਗੇ ਪੈਸੇ ਲੈ ਕੇ ਆਏ ਸੀਗੇ। ਚੱਲ ਕੋਈ ਗੱਲ ਨਹੀਂ ਬੱਚਾ, ਤੇ ਮੇਰੀ ਸੁਣ ਗੱਲ। ਹਾਂਜੀ। ਭੁਵੱਤੀ ਕਿਹੜਾ ਤਿਆਰ ਪਈ ਆ? ਉਹ ਮੈਂ ਮੰਤਰ ਪੜੂੰਗਾ, ਤਿਆਰ ਕਰੂੰਗਾ, ਤੁਸੀਂ ਆਪਣਾ ਮੈਨੂੰ ਅੱਡਾ ਟਿਕਾਣਾ ਦੱਸ ਦਿਓ, ਕਿੱਥੇ ਰਹਿੰਦੇ ਹੋ? ਆਹ ਬਾਬਾ ਜੀ ਪਿੰਡ ਦੇ ਵਿੱਚ ਨਾ, ਉਹ ਬਾਹਰ ਬਾਹਰ ਜਾ ਕੇ ਸੜਕ ਤੇ ਸਾਡਾ ਰਵੀ ਦੀਪ ਦਾ ਘਰ ਪੁੱਛ ਲਿਓ ਕਿਸੇ ਨੂੰ ਵੀ। ਚਲੋ ਠੀਕ ਆ ਬੱਚਾ। ਹਾਂ ਜੀ ਮੈਂ ਪਤਾ ਕਰ ਲੂੰ। ਠੀਕ ਆ ਜੀ, ਤੇ ਮੈਂ ਭੁਵੱਤੀ ਤੁਹਾਡੇ ਘਰੇ ਲੈ ਕੇ ਆਉਂ। ਹਾਂ ਕੋਈ ਗੱਲ ਨਹੀਂ ਬਾਬਾ ਜੀ, ਤੁਸੀਂ ਘਰੇ ਚਰਨ ਪਾ ਲਿਓ। ਠੀਕ ਕਰਨਾ ਕਰੋ, ਭਲੀ ਕਰੂਗਾ ਬੱਚਾ। ਚੰਗਾ ਬਾਬਾ ਜੀ, ਧੰਨਾ ਤੇਰੇ, ਧੰਨਾ। ਜੈ ਜਿਉਂਦੇ ਰਹੋ, ਚੰਗਾ ਬਾਈ ਜਿਉਂਦੇ ਰਹੋ, ਜਿਉਂਦੇ ਰਹੋ ਭਾਈ। ਪੈਸੇ ਤਿਆਰ ਰੱਖੀ ਉਹ ਨਾਲੇ। ਲਾਏ ਬੱਚਾ, ਅੱਜ ਦੀ ਦਿਹਾੜੀ ਤਾਂ ਬਣੀ ਬਾਬਿਆਂ ਦੀ, ਚਲੋ ਕੋਈ ਗੱਲ ਨਹੀਂ, ਇਹਨਾਂ ਦੇ ਘਰ ਵੀ ਜਾ ਕੇ ਆਉਂਦੇ ਹਾਂ। ਬੀਬੀ ਚੱਲ ਕੋਈ ਨਾ, ਮੇਰੇ ਮਨ ਨੂੰ ਐਂ ਆ ਕਿ ਬਾਬਾ ਆਊਗਾ, ਮਾੜਾ ਜਿਹਾ ਝਾੜੂ ਜਿਹਾ ਲਾ ਦਾ, ਸਾਫ ਜਿਹਾ ਲੱਗੂ ਫਿਰ ਵੀ। ਤੁਸੀਂ ਐਂ ਕਰੋ ਮਾੜਾ ਜਿਹਾ ਦੁੱਧ ਦੱਧ ਦੇਖੋ ਹੈਗਾ ਅੰਦਰ, ਦੁੱਧ ਬਣਾ ਦਾਂਗੇ ਬਾਬੇ ਨੂੰ, ਜੇ ਬਾਬੇ ਨੇ ਪ੍ਰਸ਼ਾਦਾ ਸਕਣਾ ਹੋਇਆ ਤਾਂ ਪ੍ਰਸ਼ਾਦਾ ਸਕਾ ਦਾਂਗੇ। ਚੰਗਾ ਪੁੱਤ, ਮੈਂ ਦੇਖਦੀ ਹਾਂ, ਆਉਣ ਵਾਲਾ ਹੀ ਹੋਊ ਬਾਬਾ ਵੀ। ਬੱਚਾ ਆਜੋ ਆਜੋ ਬਾਬਾ ਜੀ, ਤੁਹਾਨੂੰ ਹੀ ਡੀਕਦੇ ਸੀਗੇ। ਕੋਈ ਨਾ ਬੱਚਾ, ਆ ਗਏ ਸੰਤ ਹੁਣ। ਆਜੋ ਬਾਬਾ ਜੀ ਆਜੋ। ਜੈ ਹੋ, ਜੈ ਬਾਬਾ ਜੀ। ਬੀਬੀ ਬਾਬਾ ਜੀ ਆ ਗਏ, ਆਜੋ। ਜੈ ਹੋ ਭਗਤੋ, ਜੈ ਹੋ, ਜਿਉਂਦੇ ਰਹੋ ਬੱਚਾ, ਜਿਉਂਦੇ ਰਹੋ। ਹੋਰ ਬਾਬਾ ਜੀ ਘਰ ਤੁਹਾਨੂੰ ਆਸਾਨੀ ਨਾਲ ਲੱਭ ਗਿਆ ਸੀ? ਹਾਂ ਹਾਂ ਬੱਚਾ, ਮੈਂ ਪੁੱਛ ਲਿਆ ਸੀਗਾ। ਓਹ ਤੁਸੀਂ ਬਾਬਾ ਜੀ ਪਹਿਲਾਂ ਐਂ ਦੱਸੋ ਕਿ ਚਾਹ ਪਾਣੀ ਕੀ ਕੀ ਸੇਵਾ ਕਰੀਏ ਜੀ? ਨਾ ਨਾ ਬੱਚਾ, ਜਦ ਤੱਕ ਤੇਰੀ ਦਵਾਈ ਚੱਲਦੀ ਆ, ਸੰਤਾਂ ਨੇ ਤੁਹਾਡੇ ਘਰ ਦਾ ਪਾਣੀ ਤੱਕ ਨਹੀਂ ਛਕਣਾ ਹੈਗਾ। ਅੱਛਾ ਜੀ, ਤੇ ਗੱਲ ਸੁਣੋ ਬੱਚਾ, ਮੈਂ ਭੁਵੱਤੀ ਬਣਾ ਲਿਆ ਆ। ਹਾਂਜੀ। ਮੰਤਰ ਮੰਤਰ ਮਾਰ ਕੇ। ਠੀਕ ਹੈ ਜੀ। ਆਹ ਤੇਰੀ ਹਫ਼ਤੇ ਦੀ ਆ। ਠੀਕ ਹੈ। ਗੱਲ ਸੁਣ ਲਾ ਧਿਆਨ ਨਾਲ। ਹਾਂਜੀ। ਸਵੇਰੇ ਨਹਾ ਧੋ ਕੇ ਖਾਲੀ ਪੇਟ ਭੁਵੱਤੀ ਲੈਣੀ ਆ। ਅੱਛਾ। ਦੇਖ ਰੱਬ ਭਲੀ ਕਰਦਾ। ਜੈ ਹੋ ਸਾ। ਇਹ 1100 ਦੀ ਆ ਬੱਚਾ। ਕੋਈ ਗੱਲ ਨਹੀਂ ਬਾਬਾ ਜੀ, ਮੈਂ ਲੈ ਕੇ ਆਉਣੀ ਆ। ਹੁਣ ਮੇਰੀ ਸੁਣ ਲਾ ਗੱਲ। ਹਾਂਜੀ। ਜੇ ਵੱਧ ਬਣਾਣੀ ਆ ਦਵਾਈ, ਹਾਂਜੀ, ਉਹ ਦੱਸ ਦੇ, ਫਿਰ ਮੈਂ ਅੱਜ ਜਾ ਕੇ ਮੰਤਰ ਮੰਤਰ ਪੜ੍ਹ ਕੇ ਭੁਵੱਤੀ ਤੇਰੀ ਤਿਆਰ ਕਰ ਦੂੰਗਾ।
दवाई तो बाबा जी जिन्ना टाइम तुसी कहोगे उन्ना टाइम असी खा लांगे, पर अज साडे कोले इन्ने पैसे नहीं हैगे। कोई गल नहीं, हले आ लै आने आ, फिर घरदियां तो पैसे मंग लांगे। ना बच्चा मैनूं ए दसो साफ साफ के मैं बना के रखा पुत्ती होर किवें करिए बीबी? फिर बना के रख लूंगा बाबा। हां तुसी ए करियो बाबा जी, तुसी बना लियो ते असी ना दवाई आ पैसे खा लांगे, घरदियां तो ले लांगे। चिंता ही ना कर, तू रब भली करूगा। जय हो, जे जे कर दी कर दिया। लियाओ बच्चा, ज्यौंदे रहो। ले फिर मैं कल दवाई लेके आना थोड़ी। चंगा जिंदे रहो, जिंदे रहो बच्चा। जय हो। ਬੇਟਾ ਕੋਈ ਕਰਨੀ ਵਾਲੇ ਸੰਤ ਹੁੰਦੇ ਨੇਗੇ, ਨਾਲੇ ਆਪਣੇ ਘਰੇ ਚਰਨ ਪੈ ਗਏ ਹੈ, ਕੀ ਪਤਾ ਰੱਬ ਸੋਣੀ ਲਵੇ। ਚੱਲ ਕੋਈ ਨਾ, ਮੇਰੇ ਤਾਂ ਸੱਚੀ ਮਨ ਦੀ ਜਿਹੜੀ ਆਸ ਸੀਗੀ ਹੁਣ ਐਂ ਜੇ ਹੋ ਗਿਆ ਵੀ ਚੱਲ ਹੁਣ ਆਸਾਂ ਪੂਰੀਆਂ ਹੋ ਜਾਣਗੀਆਂ। ਹੋਰ ਪੁੱਤ ਜਿਹੜਾ ਕੋਈ ਗ੍ਰਾਹਕ ਰੂ ਹੈਗਾ ਨਾ ਗੇੜਾ ਮਾਰ ਗਿਆ मेरे मालका। अपने घरे खुशियां अच्छा चल वधिया गल मेनू ना थोड़े जे पैसे चाहिए सी। पैसे चाहिए सी? फिर इस किड्डी गल ਅੱਜ ਬਟੂਆ ਘਰੀ ਪਿਆ ਸੀਗਾ, ਮੈਂ ਕਿਹੜਾ ਨਾਲ ਲੈ ਕੇ ਗਿਆ। ਉਹ ਚ ਪਏ ਆ ਜਿੰਨੇ ਚਾਹੀਦੇ ਹੋਏ ਲੈ ਲਈ ਆਪੇ। ਤੁਹਾਨੂੰ ਪਤਾ ਮੈਂ ਪੁੱਛਿਆ ਵੀ ਨਾ ਨਹੀਂ ਕਦੇ ਬਟੂਏ ਨੂੰ ਹੱਥ ਲਾਉਂਦੀ, ਹੁਣ ਮੈਨੂੰ ਪਤਾ ਲੱਗ ਗਿਆ। ਕੋਈ ਗੱਲ ਨਹੀਂ, ਜਿੰਨੇ ਮੈਨੂੰ ਚਾਹੀਦੇ ਆ ਮੈਂ ਲੈ ਲੂੰਗੀ। ਚੱਲ ਲੈ ਲਈ, ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਣੀ ਆ। ਜਾ ਲੈ ਗਿਆ। ਹੰਦੇ ਆਈ ਪੁੱਤੀ, ਨਾਲੇ ਪੈਸੇ ਵੀ ਲਈਏ ਜਾ ਕੇ। ਜੈ ਹੋ। फिकर ना करो, ਭਰੋਸਾ ਰੱਖੋ ਮੇਰੇ ਤੇ। ਧੰਨਾ ਬਾਬਾ ਜੀ। ਨਾਲੇ ਬੱਚਾ ਇਹਦੇ ਵਿੱਚ ਮੇਰਾ ਨੰਬਰ ਆ। ਠੀਕ ਹੈ ਜੀ। ਤੇ ਇੱਕ ਨਾ ਜੇ ਕੋਈ ਲੋੜ ਹੋਵੇ ਮੈਨੂੰ ਫੋਨ ਕਰ ਲਈ। ਠੀਕ ਹੈ ਬਾਬਾ ਜੀ। ਚੱਲਦਾ ਫਿਰ ਮੈਂ। ਜਿਉਂਦੇ ਰਹੋ। ਆਏ ਪੁੱਤ। ਦਵਾਈ ਗੌਰ ਨਾਲ ਲੈ ਲਈ ਨਾ। ਹੋ ਗਏ ਜੀ ਤਿਆਰ ਤੁਸੀਂ? ਹਾਂ ਰੀ ਤਿਆਰੀਆਂ। ਤਿਆਰ ਨੂੰ ਮੈਂ ਕਿਹੜਾ ਬਟਨ ਲਾਉਣਾ? ਬਟਨ ਹੁਣ ਵਾਰ-ਵਾਰ ਲਾਈ ਜਾਣਾ। ਚੱਲ ਮਜ਼ਾਕ ਕਰਦਾ ਸੀ। ਤੂੰ ਐਂ ਕਰ ਮੇਰੀ ਉਹ ਡੈਰੀ ਜੀ ਲਿਆ ਦੇ ਚੱਕ ਕੇ। ਹੋਰ ਕੋਈ ਚੀਜ਼ ਦੀ ਲੋੜ ਨਹੀਂ? ਕਿਸੇ ਚੀਜ਼ ਦੀ ਲੋੜ ਨਹੀਂਗੀ ਬਾਬਾ। चलो लै के आनी, एक मिनट खड़ जाओ। टाइम कितना हो गया? इतने लेट तो नहीं होया? की होया रित? की होया? कि मैं ठीक है तू? मैं ठीक हूँ जी। पता नहीं की हो गया, सुबह तो ही ना ऐ दिल करी जाता सी कि उल्टी आऊगी आऊगी, हुण आ गई। चल चल कोई ना, तू टेंशन ना ले। ਐਂ ਕਰ ਮੈਂ ਤੈਨੂੰ ਡਾਕਟਰ ਕੋਲ ਲੈ ਕੇ ਚੱਲਦੇ ਆ, ਦਿਖਾਉਣੇ ਆ ਤੂੰ ਕੀ ਦਵਾਈ ਦੂਈ ਦਵਾਉਣੇ ਤੈਨੂੰ। ਚਲੋ ਜਾ ਆਉਂਦੇ ਆ। ਚਲ ਆ ਤੂੰ। ਠੀਕ ਹੈ ਤੂੰ? ਦਰਦ ਦੁਰਦ ਨਹੀਂ ਹੋ ਰਿਹਾ ਕੋਈ? ਚਲ ਬੇਬੇ ਵੀ ਆ ਗਈ, ਇਹਨੂੰ ਦੱਸ ਦਿੰਦੇ। ਬੇਬੇ ਮੈਂ ਤਾਂ ਡਿਊਟੀ ਜਾਂਦਾ ਸੀਗਾ, ਰੀਤ ਦੀ ਸਿਹਤ ਜੀ ਢਿੱਲੀ ਹੋ ਗਈ। ਮੈਂ ਸੋਚਿਆ ਚੱਲ ਪਹਿਲਾਂ ਡਾਕਟਰ ਨੂੰ ਦਿਖਾਇਆ, ਮੈਂ ਬਿਨਾਂ ਬਾਅਦ 'ਚ ਵਾਧਾ ਵੱਧ ਜੇ। ਚੱਲ ਦਿਖਾਇਓ ਪੁੱਤ, ਮੜਾ ਜਿਹਾ ਧਿਆਨ ਨਾਲ ਦੇਖ ਦੇਵਾਂਗਾ। ਚਲ ਬੈਠ ਰਹੀ ਤਾਂ। ਮੈਂ ਤਾਂ ਸੋਚ ਰੱਖ ਰਹੀ ਹਾਂ ਕਦੋਂ ਦੇ ਗਏ ਹੋਏ ਨੇਗੇ, ਅੱਜ ਤੱਕ ਕਰਨੀ ਆਏਗੀ। ਚਲਾ ਤਾਂ ਵਧੀਆ ਹੋਇਆ, ਪਰਮਾਤਮਾ ਨੇ ਸੋਹਣੀ ਸੁਣ ਲਈ ਆਪਣੀ ਹਨ। ਹਾਂਜੀ ਕੀ ਦੱਸਿਆ ਪੁੱਤ ਡਾਕਟਰ ਨੇ?
ਬੀਬੀ ਡਾਕਟਰ ਨੇ ਕੀ ਦੱਸਣਾ ਸੀ ਹੁਣ ਤਾਂ ਨਾ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਦਾਦੀ ਬਣਨ ਵਾਲੇ ਹੋ ਜਿਹੜੀਆਂ ਖੁਸ਼ੀਆਂ ਦੀ ਆਪਾਂ ਨੂੰ ਇੰਨੇ ਟਾਈਮ ਤੋਂ ਉਡੀਕ ਸੀਗੀ ਉਹ ਖੁਸ਼ੀਆਂ ਪਰਮਾਤਮਾ ਨੇ ਆਪਾਂ ਨੂੰ ਦੇਤੀ ਬਹੁਤ ਖੁਸ਼ ਹਾਂ ਮਾਰ ਕਰ ਵਧੀਆ ਸੁਣ ਲਈ ਚੱਲ ਠੀਕ ਹੈ ਤੁਸੀਂ ਮਨਾਓ ਸੱਸ ਨੂੰ ਆਪਦਾ ਜਸ਼ਨ ਮੈਂ ਡਿਊਟੀ ਜਾਵਾਂ ਠੀਕ ਹੈ ਹਾਂਜੀ ਚੱਲ ਜਾਓ ਫਿਰ ਚੱਲ ਠੀਕ ਹੈ ਫਿਰ ਪੁੱਤ ਐਂ ਦੱਸ ਮੈਨੂੰ ਬੰਨ ਬੰਨੇ ਅੱਜ ਕਿਵੇਂ ਰੱਖਿਆ ਇਹਨੂੰ ਡਾਕਟਰ ਨੇ ਕਿਹਾ ਵੀ ਬੈੱਡ ਤੋਂ ਉੱਠਣ ਨਹੀਂ ਦੇਣਾ ਹੈਗਾ ਤੇ ਨਾਲੇ ਜੇ ਕੋਈ ਕੰਮ ਕਾਰ ਕਰਦੀ ਵੀ ਹੈ ਨਾ ਇਹਨੂੰ ਚੁੱਪ ਕਰਕੇ ਇੱਥੇ ਬਿਠਾ ਦੀ ਚਾਹ ਪਾਣੀ ਪੀਣਾ ਇਹਨੂੰ ਬੈੱਡ ਤੇ ਦੀ ਤੇ ਜੇ ਤੈਨੂੰ ਕੰਮ ਵਾਲੀ ਚਾਹੀਦੀ ਵੀ ਹੈ ਪਿੰਡ 'ਚ ਜਾ ਕੇ ਲੱਭ ਲੈ ਤੇ ਚੁੱਪ ਕਰਕੇ ਉਹਨੂੰ ਲਾ ਲੈ ਕੰਮ ਤੇ ਹੁਣ ਤਾਂ ਮੈਂ ਆਪੇ ਕਰੂੰਗੀ ਕੰਮ ਹੁਣ ਨਹੀਂ ਕੁਛ ਜੁਗਦਾ ਹੈਗਾ ਮੇਰਾ ਬਸ ਠੀਕ ਹੈ ਤੂੰ ਨਾ ਬਾਲੀ ਸਿਆਣੀ ਨਹੀਂ ਬਣਨਾ ਹੈਗਾ ਕੋਈ ਨਾ ਹਜੇ ਕੋਈ ਜ਼ਰੂਰਤ ਨਹੀਂ ਹੈਗੀ ਕੰਮ ਵਾਲੀ ਲਾਉਣ ਦੀ ਚੱਲ ਠੀਕ ਹੈ ਬੇਬੇ ਤੂੰ ਚੱਜ ਨਾ ਖਵਾ ਪਿਆ ਦੀ ਚੰਗਾ ਕੋਈ ਨਾ ਤੁਸੀਂ ਆਪ ਖਾ ਪੀ ਲਿਓ ਮੇਰੀ ਸੋਚ ਨਾ ਕਰੋ ਦੇਖ ਲੈ ਮੇਰੇ ਮੁੰਡੇ ਨੂੰ ਕਿੰਨੀ ਸੋਚ ਹੈ ਹੈ ਬੀਬੀ ਦੇਖ ਲਓ ਆਪਾਂ ਨਾ ਐਵੇਂ ਇਹ ਖਿੱਚਦੇ ਰਹਿੰਦੇ ਸੀਗੇ ਮੇਰੇ ਤੇ ਆਪਾਂ ਉਹ ਬਾਬੇ ਕੋਲੇ ਗਏ ਤਾਂ ਖੈਰ ਝੋਲੀ ਪੈ ਗਈ ਮੈਂ ਤਾਂ ਐ ਕਹਿੰਦੀ ਆ ਕਿ ਉਹਦੇ ਕਰਕੇ ਹੀ ਹੋਇਆ ਸਾਰਾ ਕੁਝ ਆਪਾਂ ਨੂੰ ਬਾਬੇ ਦਾ ਧੰਨਵਾਦ ਕਰਨਾ ਚਾਹੀਦਾ ਮੈਂ ਫੋਨ ਲਾ ਲੈਣੀ ਆ ਬਾਬੇ ਨੂੰ ਨੰਬਰ ਮੇਰਾ ਸੇਵ ਕੀਤਾ ਹੋਇਆ ਵਿੱਚ ਹੈਲੋ ਹਾਂਜੀ ਭਗਤੋ ਜਿਉਂਦੇ ਰਹੋ ਕੌਣ ਬੋਲਦਾ ਬਈ ਹਾਂ ਬਾਬਾ ਜੀ ਮੈਂ ਨਾ ਉਹ ਰਵੀਦੀਪ ਕੇ ਘਰੋਂ ਬੋਲਦੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਚਾ ਹੋਰ ਠੀਕ ਠਾਕ ਹੋ ਹਾਂ ਬਾਬਾ ਜੀ ਠੀਕ ਠਾਕ ਬਾਬਾ ਜੀ ਬਸ ਮੈਂ ਤਾਂ ਇਹ ਕਹਿਣਾ ਸੀ ਕਿ ਖੁਸ਼ ਖਬਰੀ ਨਾ ਆ ਗਈ ਆਪਣੇ ਘਰੇ ਅਸੀਂ ਬਹੁਤ ਖੁਸ਼ ਹਾਂ ਅੱਛਾ 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 ਬੱਚਾ ਮੈਂ ਤੁਹਾਨੂੰ ਕਿਹਾ ਸੀ ਬਾਬਿਆਂ ਤੇ ਭਰੋਸਾ ਕਰੋ ਬਾਬਾ ਭਲੀ ਕਰਨਗੇ ਹਾਂਜੀ ਹਾਂਜੀ ਬਾਬਾ ਜੀ ਬਸ ਤੁਹਾਡੀ ਕਿਰਪਾ ਹੋਈ ਆ ਜੀ ਬਸ ਤੁਹਾਡਾ ਕੋਈ ਗੱਲ ਨਹੀਂ ਫਿਰ ਮੈਂ ਸ਼ਾਮ ਨੂੰ 4-5 ਵਜੇ ਆ ਕੇ ਜਾਣਾ ਹੋਟਲ ਲੈਵੇ ਹਾਂਜੀ ਬਾਬਾ ਜੀ ਠੀਕ ਆ ਜੀ ਜ਼ਰੂਰ ਗੇੜਾ ਮਾਰਿਓ ਜੀ ਹਾਂ ਗੇੜਾ ਮਾਰ ਕੇ ਜਾਣਾ ਬਾਬਾ ਠੀਕ ਆ ਜੀ ਠੀਕ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਬੱਚਾ ਦੇਖ ਲਾ ਰੱਬ ਮਿਲ ਗਿਆ ਪੁੱਤ ਆਪਾਂ ਨੂੰ ਹੋਰ ਬੀਬੀ ਆਪਣੇ ਲਈ ਤਾਂ ਰੱਬ ਹੀ ਆ ਸਾਲ ਕਿ ਮੈਂ ਵੀ ਬਹੁਤ ਖੁਸ਼ ਆ ਕੈ ਸਾਲ ਹੋ ਗਏ ਤੇ ਆਪਾਂ ਨੂੰ ਫਿਰਦੇ ਹੁੰਦੇ ਹਲਾ ਬਸ ਉਹੀ ਕੁਛ ਹੁੰਦਾ ਜਦੋਂ ਕਹਿੰਦੇ ਰੱਬ ਦਿੰਦਾ ਤਾਂ ਛੱਪੜ ਫਾੜ ਕੇ ਦਿੰਦਾ ਡਾਕਟਰਾਂ ਦੇ ਘਰ ਭਰਤੇ ਆਪਾਂ ਨੇ ਤਾਂ ਸ਼ੁਕਰ ਮੇਰੇ ਮਾਲਕਾ ਚੰਗਾ ਪੁੱਤ ਮੈਂ ਐ ਕਰਦੀ ਆ ਚਾਹ ਦੀ ਘੁੱਟ ਕਰ ਲੈਂਦੀ ਆ ਤੂੰ ਪੈ ਜਾ ਆਰਾਮ ਕਰ ਹੁਣ ਬੀਬੀ ਕੋਈ ਨਾ ਹੁਣ ਪੈਣ ਨੂੰ ਜੀ ਨਹੀਂ ਕਰਦਾ ਹੁਣ ਤਾਂ ਨੱਚਣ ਨੂੰ ਜੀ ਕਰਦਾ ਪੈ ਜਾ ਜਿਉਂਦੇ ਰਹੋ ਬੱਚਾ ਜਿਉਂਦੇ ਰਹੋ ਆ ਜਾਓ ਬਾਬਾ ਜੀ ਬਹਿ ਜਾਓ ਰੀਤੇ ਕੌਣ ਹੈ ਆ ਦੱਸਦੀ ਆ ਜੀ ਆ ਜਾਓ ਬਹਿ ਜਾਓ ਬਾਬਾ ਜੀ ਬੈਠੋ ਬਾਬਾ ਜੀ ਆ ਜਾਓ ਤੁਸੀਂ ਇੱਥੇ ਆ ਜਾਓ ਖੁਸ਼ ਹੋ ਭਾਈ ਹੁਣ ਹਾਂਜੀ ਹਾਂਜੀ ਬਾਬਾ ਜੀ ਖੁਸ਼ ਹਾਂ ਜੀ ਮੈਂ ਕਹਿੰਦਾ ਵੀ ਤੁੰਡੀ ਇੱਥੇ ਬਸ ਤੁਹਾਡੀ ਕਿਰਪਾ ਹੋਈ ਆ ਬਾਬਾ ਜੀ ਧੰਨਵਾਦ ਤੁਹਾਡਾ ਬਹੁਤ ਪਰਮਾਤਮਾ ਦੀ ਕਿਰਪਾ ਬੱਚਾ ਬਾਬਾ ਜੀ ਇਹ ਮੇਰੇ ਘਰ ਵਾਲਾ ਰਵੀ ਜਿਉਂਦਾ ਰਹੇ ਪੁੱਤ ਜਿਉਂਦਾ ਰਹੇ ਰਵੀ ਇਹੀ ਉਹ ਬਾਬਾ ਜੀ ਨੇ ਜਿਨ੍ਹਾਂ ਨੇ ਕਿਰਪਾ ਕੀਤੀ ਆ ਤੇ ਆਪਣੇ ਘਰੇ ਖੁਸ਼ੀਆਂ ਆਈਆਂ ਨੇਗੀਆਂ ਓਏ ਪੁੱਤ ਮੈਂ ਕੌਣ ਹੁਣ ਕਿਰਪਾ ਕਰਨ ਵਾਲਾ ਉਹ ਪਰਮਾਤਮਾ ਕਿਰਪਾ ਕਰਨ ਵਾਲਾ ਨਾ ਨਾ ਤੇ ਨਾਲੇ ਬੱਚਾ ਹਾਂਜੀ ਹੁਣ ਮੈਂ ਤੁਹਾਡੇ ਨਾਮ ਦੀ ਕੜਾਹੀ ਦੇਣੀ ਆ ਅੱਛਾ ਜੀ ਉਹਦਾ 21,000 ਲੱਗੂਗਾ ਕੀ ਮਤਲਬ ਬਾਬਾ ਜੀ 21,000 ਦਾ ਕੀ ਮਤਲਬ ਓਏ ਬੱਚਾ ਇਹਨਾਂ ਨੂੰ ਭੁਗਤੀ ਦਿੱਤੀ ਸੀ ਹੁਣ ਗੱਲ ਸੁਣ ਬਾਬਾ ਜਿਹੜਾ ਵੀ ਤੈਨੂੰ ਇਹਨਾਂ ਨੇ ਕੁਛ ਦੱਛਣਾ ਦਿੱਤੀ ਨਾ ਅੱਜ ਤੱਕ ਉਹਦੇ ਬਾਰੇ ਮੈਂ ਕੁਛ ਨਹੀਂ ਕਹਿੰਦਾ ਹੈਗਾ ਤੇ ਨਾਲੇ ਜਿਹੜੀਆਂ ਤਾਂ ਭੂਤੀਆਂ ਦਿੱਤੀਆਂ ਨੇ ਮੈਂ ਤੇਰਾ ਸਤਿਕਾਰ ਕਰਦਾ ਤੇਰਾ ਨਰਾਦਰ ਨਹੀਂ ਕਰਦਾ ਹੈਗਾ ਰਵੀ ਮੇਰੀ ਗੱਲ ਪਰ ਇੰਨੀ ਗੱਲ ਜ਼ਰੂਰ ਹੈ ਵੀ 21,000 ਲਈ ਗੱਲ ਕੋਈ ਨਹੀਂ ਰੀਤ ਮੇਰੀ ਗੱਲ ਤਾਂ ਇਹ ਜੋ ਜਵਾਕ ਹੋਇਆ ਨਾ ਚੰਗਾ ਡਾਕਟਰ ਦੀ ਕਿਰਪਾ ਨਾਲ ਹੋਇਆ ਮੇਰੀ ਗੱਲ ਤਾਂ ਸੁਣੋ ਜਦੋਂ ਬਾਬਾ ਜੀ ਨੇ ਪਹਿਲੀ ਵਾਰੀ ਭੁਗਤੀ ਦਿੱਤੀ ਸੀਗੀ ਉਦੋਂ ਬਾਬਾ ਜੀ ਨੂੰ 1100 ਹੀ ਦਿੱਤਾ ਸੀ ਤੇ ਦੂਜੀ ਵਾਰੀ ਭੁਗਤੀ ਦਿੱਤਾ 5500 ਰੁਪਇਆ ਦਿੱਤਾ ਬਸ ਕੋਈ ਗੱਲ ਨਹੀਂ ਜਿਹੜਾ ਕੁਝ ਬਣਦਾ ਦੇ ਦਿਓ ਨਾ ਤੁਸੀਂ ਉਹ ਬੱਚਾ ਕੜਾਹੀ ਕਰਨੀ ਹੈ ਮੈਂ ਅਰੇ ਵੀ ਤੂੰ ਚੁੱਪ ਕਰ ਜਾ ਅਸੀਂ ਆਪੇ ਕਰਾਂਗੇ ਸੱਸ ਨੂੰ ਹਾਂ ਚਲ ਕੋਈ ਨਾ ਤੁਸੀਂ ਕੁਝ ਕਰਨ ਦੀ ਲੋੜ ਨਹੀਂ ਤੁਹਾਨੂੰ ਨਾਲੇ ਤੁਸੀਂ ਕਿੱਥੋਂ ਕਰੋਗੇ ਤੁਸੀਂ ਵੀ ਤਾਂ ਮੇਰੀ ਕਮਾਈ ਚੋਂ ਹੀ ਕਰਨਾ ਬਾਬਾ ਦੇਖ ਜਿਹੜਾ ਇਹਨਾਂ ਨੇ ਤੈਨੂੰ ਅੱਜ ਤੱਕ 1100 ਜਾਂ 5500 ਦਿੱਤਾ ਨਾ ਉਹਦਾ ਕੋਈ ਮਤਲਬ ਨਹੀਂ ਆਹ ਫੜ 1000 ਰੁਪਈਆ ਤੇਰਾ ਸਤਿਕਾਰ ਆ ਇਹਦਾ ਪਰ ਇਦੋਂ ਵੱਧ ਲਾਲਚ ਸਾਡੇ ਤੋਂ ਕਰਨ ਦੀ ਤੈਨੂੰ ਲੋੜ ਨਹੀਂ ਹੈਗੀ ਉਹ ਬੱਚਾ ਮੈਂ ਲਾਲਚ ਕੋਈ ਨਹੀਂ ਕਰ ਰਿਹਾ ਕੋਈ ਗੱਲ ਨਹੀਂ ਨਾਰਾਜ਼ ਨਾ ਹੋ ਖੁਸ਼ ਹੋ ਜਾ ਦੇਖ ਲਓ ਬਾਬਾ ਜੀ ਨੂੰ ਕਿਹੜਾ ਕੋਈ ਲਾਲਚ ਆਗਾ ਉਹਨਾਂ ਨੇ ਤਾਂ ਆਪਣੇ ਲਈ ਮੈਂ ਤਾਂ ਕੜਾਹੀ ਕਰੀ ਤੁਹਾਡੇ ਨਾਮ ਦੀ ਹੀ ਬਾਬਾ ਜੀ ਤੁਸੀਂ ਗੁੱਸਾ ਨਾ ਕਰਿਓ ਚਲ ਕੋਈ ਗੱਲ ਨਹੀਂ ਮੈਂ ਨਹੀਂ ਗੁੱਸਾ ਕਰਦਾ ਜਿਉਂਦਾ ਰਹੇ ਪੁੱਤ ਤੂੰ ਨਾਰਾਜ਼ ਨਾ ਹੋ ਆ ਜਾ ਪੁੱਤ ਮੈਨੂੰ ਗੇਟ ਤੱਕ ਛੱਡਿਆ ਬਾਬਾ ਜੀ ਨੂੰ ਛੱਡਿਆ ਜਾ ਭਲੀ ਕਰੂਗਾ ਰੱਬ ਅਨਪੜ੍ਹ ਟੋਲਾ ਜੇ ਇਹਨਾਂ ਨੂੰ ਕੁਛ ਬੋਲੋ ਤਾਂ ਆਹ ਟਾਈਮ 'ਚ ਤਾਂ ਰੀਤ ਨੂੰ ਵੈਸੇ ਵੀ ਕੁਛ ਨਹੀਂ ਕਹਿ ਸਕਦਾ ਜੇ ਕਹੂੰਗਾ ਤਾਂ ਉਹ ਕੁਛ ਨਹੀਂ ਬੇਬੇ ਤੂੰ ਵੀ ਰੋਕ ਸਕਦੀ ਆ ਉਹਨੂੰ ਪਰ ਤੂੰ ਤਾਂ ਆਪ ਉਹ ਜਿਹੀ ਆ ਰੱਬ ਵਸਿਆ ਚ ਆਪਣਾ ਘਰ ਵਸ ਗਿਆ ਵਸਦਾ ਰੱਬ ਵਿੱਚ ਇਹਨਾਂ ਪਖੰਡੀਆਂ 'ਚ ਕੋਈ ਰੱਬ ਨਹੀਂ ਹੁੰਦਾ ਮੇਰੇ ਵੀ ਚਾਹ ਪੀ ਲੈ ਆ ਗਿਆ ਬੇਬੇ ਕੀ ਹੋ ਗਿਆ
ਹੁਣ ਤਾਂ ਠੀਕ ਲੱਗਦਾ ਹੈ ਨਾ? ਹਾਂਜੀ ਹੁਣ ਤਾਂ ਫਰਕ ਲੱਗਦਾ। ਦਰਦ ਘਟਿਆ? ਹਾਂਜੀ ਹਾਂਜੀ ਘਟ ਗਿਆ। ਰਵੀ ਜੀ ਐਡੀ ਅਣਗਹਿਲੀ ਕਿਵੇਂ ਕੀਤੀ ਤੁਸੀਂ ਨੇ? ਡਾਕਟਰ ਸਾਹਿਬ ਕੋਈ ਅਣਗਹਿਲੀ ਨਹੀਂ ਕੀਤੀ, ਜਿਵੇਂ ਤੁਸੀਂ ਖਾਣ ਨੂੰ ਕਿਹਾ ਉਵੇਂ ਖਵਾਇਆ, ਜੋ ਇਹਨੂੰ ਪੀਣ ਨੂੰ ਕਿਹਾ ਤੁਸੀਂ ਉਹੀ ਪਿਆ। ਮੈਨੂੰ ਇਹ ਦੱਸੋ, ਸਮਝ ਨਹੀਂ ਆ ਰਹੀ ਉਹ ਕਿਵੇਂ ਗਿਆ? ਅੱਛਾ, ਪਰ ਰਵੀ ਪਹਿਲਾਂ ਕਦੇ ਵੀ ਇਹੋ ਜਿਹਾ ਕੇਸ 'ਚ ਹੋਇਆ ਨਹੀਂ ਕੁਛ। ਇਹਨਾਂ ਨੇ ਪ੍ਰੋਪਰ ਦਵਾਈ ਖਾਧੀ ਹੈ, ਆਪਣੇ ਦਵਾਈ ਇਸ ਚੀਜ਼ ਦੀ ਦਿੱਤੀ ਹੈ ਵੀ ਇਹਨਾਂ ਨੂੰ ਕੇਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਇੱਕਦਮ ਹੀ ਅਚਾਨਕ ਦਰਦ ਉੱਠਣਾ ਇਹਨਾਂ ਦੇ, ਕੋਈ ਤਾਂ ਅਣਗਹਿਲੀ ਹੋਈ ਹੈ, ਮਾਤਾ ਜੀ ਤੁਹਾਨੂੰ ਪਤਾ ਹੋਵੇ। ਡਾਕਟਰ ਸਾਹਿਬ ਜੀ ਮੈਂ ਦੱਸਦੀ, ਇਹ ਤਾਂ ਨਹੀਂ ਦੱਸਦੀ, ਜਦੋਂ ਬਾਬਾ ਆ ਕੇ ਗਿਆ। ਬਾਬਾ ਜੀ ਤੁਸੀਂ ਮੇਰੇ ਘਰ ਵਾਲੇ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਓ, ਮੈਂ ਮਾਫੀ ਮੰਗਦੀ ਹਾਂ। ਓਏ ਬੱਚਾ, ਮੈਂ ਕੋਈ ਗੁੱਸੇ ਨਹੀਂ ਹੁੰਦਾ ਹੈਗਾ, ਪਰ ਮੇਰੀ ਗੱਲ ਸੁਣ ਲਾ। ਹਾਂਜੀ। ਜਿਹੜੀ ਭੂਤੀ ਮੈਂ ਤੁਹਾਨੂੰ ਦਿੱਤੀ ਸੀਗੀ, ਹਾਂਜੀ, ਹੁਣ ਉਹ ਬੰਦ ਕਰਦੀ। ਕੀ ਹੋ ਗਿਆ ਬਾਬਾ ਜੀ? ਮੈਂ ਦੱਸਦਾ ਪੁੱਤ, ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ। ਹਾਂਜੀ, ਰੱਬ ਭਲੀ ਕਰੂਗਾ। ਹੁਣ ਤੂੰ ਆਪ ਭੂਤੀ ਸਵੇਰੇ ਇੱਕ ਵਾਰ ਖਾ ਲਈ। ਅੱਛਾ ਜੀ। ਬੱਚਾ ਦੇਖ ਕਿੰਨਾ ਸੋਹਣਾ ਸੁਨੱਖਾ ਹੋਊਗਾ। ਇਹ ਬਾਬਾ ਜੀ ਇੱਕੋ ਹੀ ਵਾਰ ਸਾਰੀ ਖਾਣੀ ਆ। ਇੱਕ ਵਾਰੀ ਸਾਰੀ ਖਾ ਲਈ ਤੇ ਇਹਨਾਂ ਨੂੰ ਦੱਸੀ ਨਾ ਕਿਸੇ ਨੂੰ। ਅੱਛਾ ਠੀਕ ਆ ਬਾਬਾ ਜੀ, ਮੈਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਹੀ ਕਰ। ਜ਼ਿੰਮੇਵਾਰ ਹੈ, ਜ਼ਿੰਮੇਵਾਰ ਹੈ ਬੱਚਾ, ਜ਼ਿੰਮੇਵਾਰ ਹੈ। ਬਾਬਾ ਜੀ ਬਸ ਗੁੱਸਾ ਨਾ ਹੋਇਓ। ਜਮਾ ਗੁੱਸੇ ਨਹੀਂ ਪੁੱਤ, ਮੈਂ ਖੁਸ਼ ਹੋ ਕੇ ਜਾ ਰਿਹਾ। ਠੀਕ ਆ ਜੀ। ਅੱਛਾ ਡਾਕਟਰ ਸਾਹਿਬ ਆ ਗਈ ਜੀ ਮੇਰੇ ਸਾਰੀ ਗੱਲ ਸਮਝ 'ਚ। ਕੱਲ੍ਹ ਇੱਕ ਪਖੰਡੀ ਬਾਬਾ ਆਇਆ ਸੀ, ਫਿਰ ਕੋਈ ਭੂਤੀ ਪਾਤੀ ਲੈਂਦੀਆਂ ਹੋਣੀਆਂ ਉਹ ਤੋਂ। ਤੁਹਾਨੂੰ ਪਤਾ ਬੁੜੀਆਂ ਦੀ ਆਦਤ ਇਹ ਕਿੱਥੇ ਹੜਦੀਆਂ ਹੁੰਦੀਆਂ ਨੇ। ਹੁਣ ਜੀ ਸਾਡੇ ਤੋਂ 21,000 ਰੁਪਇਆ ਮੰਗਿਆ ਸੀ, ਮੈਂ ਉਹਨੂੰ ਦਿੱਤਾ ਨਹੀਂ, ਮੈਂ 1,000 ਰੁਪਇਆ ਦੇ ਕੇ ਤੋਰਤਾ। ਬਸ ਉਹ ਇਸੇ ਚੀਜ਼ ਦਾ ਵੈਰ ਕੱਢ ਗਿਆ ਸਾਡੇ ਨਾਲ। ਸ਼ੁਕਰ ਹੈ ਤੁਹਾਡੇ ਵਰਗੇ ਡਾਕਟਰ ਹੈਗੇ ਆ, ਜਿਨ੍ਹਾਂ ਕਰਕੇ ਲੋਕਾਂ ਦੇ ਘਰ ਬਚ ਰਹੇ, ਨਹੀਂ ਤਾਂ ਉਹਨੇ ਮੇਰਾ ਜਵਾਕ ਮਾਰਨ 'ਚ ਕੋਈ ਕਸਰ ਨਹੀਂ ਛੱਡੀ ਜੀ। ਅੱਛਾ ਮੈਡਮ, ਤੁਸੀਂ ਪੜ੍ਹੇ ਲਿਖੇ ਹੋ, ਸਮਝਦਾਰ ਹੋ, ਆਹ ਕੁਛ ਕਿਉਂ? ਡਾਕਟਰ ਸਾਹਿਬ ਮੈਨੂੰ ਤਾਂ ਕਿਸੇ ਨੇ ਦੱਸ ਪਾਈ ਸੀ, ਮੈਂ ਤਾਂ ਬਾਬੇ ਕੋਲ ਚਲੀ ਗਈ। ਅਸੀਂ ਉਹਨਾਂ ਨੂੰ ਇੱਕ ਵਾਰੀ 1100 ਰੁਪਇਆ ਅਤੇ ਇੱਕ ਵਾਰੀ 5100 ਰੁਪਇਆ ਦਿੱਤਾ ਸੀ, ਹੁਣ ਉਹਨਾਂ ਨੇ 21,000 ਮੰਗਿਆ ਸੀ, ਇਹਨਾਂ ਨੇ ਦਿੱਤਾ ਨਹੀਂ। ਮੈਨੂੰ ਲੱਗਦਾ ਤਾਂ ਹੀ ਉਹ ਸਾਡੇ ਨਾਲ ਖਾਰ ਕੱਢ ਗਏ। ਮੈਨੂੰ ਤਾਂ ਕਿਸੇ ਨੇ ਬਸ ਦੱਸਿਆ ਸੀਗਾ ਜੀ ਕਿ ਬਾਬਾ ਬਹੁਤ ਸਿਆਣਾ ਗਾ, ਮੈਂ ਮਗਰ ਲੱਗ ਗਈ। ਬਾਬੇ ਤਾਂ ਆਪ ਹੀ ਸਿਆਣੇ ਨੇ ਜੀ, ਜਿਹੜੇ ਆਪਾਂ ਨੂੰ ਲੁੱਟੀ ਜਾਂਦੇ ਨੇ ਅਤੇ ਆਪਦੇ ਘਰ ਭਰੀ ਜਾਂਦੇ ਨੇ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਲੋਕਾਂ ਤੋਂ ਕਮਲੇ ਹੋਏ ਫਿਰਦੇ ਹਾਂ, ਕਿਉਂ ਇਹਨਾਂ ਦੇ ਮਗਰ ਲੱਗਦੇ ਹਾਂ? ਕਿੰਨੇ ਘਰ ਜਾੜਦੇ ਨੇ ਇਹ, ਗੁਆਂਢ ਦੇ ਵਿੱਚ ਹੀ ਵੈਰ ਪਵਾਉਂਦੇ ਨੇ, ਤੁਹਾਡੇ ਤਾਂ ਜੀ ਫਲਾਣਾ ਮਾਰੀ ਕਰਦਾ, ਤੁਹਾਡੇ ਝਗੜਾ ਮਾਰੀ ਕਰਦਾ। ਇਹਨਾਂ ਦਾ ਮਨੋਰਥ ਹੀ ਕੁੱਲ ਲੋਕਾਂ ਨੂੰ ਲੁੱਟਣਾ, ਇਹਨਾਂ ਦੇ ਪਿੱਛੇ ਨਾ ਲੱਗੋ। ਰਵੀ ਜੀ ਪੜ੍ਹੇ ਲਿਖਿਓ, ਜੇ ਅੱਗੇ ਤੋਂ ਵੀ ਜੇ ਕੋਈ ਕੇਸ ਇਹੋ ਜਿਹਾ ਤੁਹਾਡੇ ਸਾਹਮਣੇ ਆਉਂਦਾ ਤਾਂ ਅਗਲੇ ਨੂੰ ਗਾਈਡ ਕਰੋ। ਚਲ ਹਲੇ ਵੀ ਸ਼ੁਕਰ ਹੈ ਪਰਮਾਤਮਾ ਦਾ ਵੀ ਇਹ ਠੀਕ ਠਾਕ ਨੇ ਦੋਵੇਂ, ਬੱਚਾ ਵੀ ਅਤੇ ਇਹ ਵੀ। ਹੁਣ ਆਰਾਮ ਨਾਲ ਇਹਨੂੰ ਘਰ ਲੈ ਕੇ ਜਾਓ ਅਤੇ ਦਵਾਈ ਖਵਾਓ, ਸਭ ਕੁਝ ਵਧੀਆ ਰਹੂਗਾ। ਧੰਨਵਾਦ ਡਾਕਟਰ ਸਾਹਿਬ ਤੁਹਾਡਾ।